ਕਰਨੀ ਪਈ ਏ ਤੇ ਕਹਿੰਦੇ ਮੈਂ ਉਹਨੂੰ ਇੱਥੇ ਹੱਥੋਂ ਦੇ ਕਾਊਂਟਰ ਦੇ ਚਾਰ ਸਾਲ ਦੀ ਬੱਚੀ ਸੁੱਤੀ ਪਈ ਏ ਤੇ ਮੈਂ ਵਿੱਚੋਂ ਗੁਰਮੁਖ ਤੇ ਕੱਢੀ ਜਾ ਰਿਹਾ ਜੀ ਦੇਖ ਲੈਣਾ ਜੀ ਅੱਗੇ Thank you.
ਰਾਖੀ ਕਰਨ ਆਪਣੇ ਸਭ ਪਰਿਵਾਰ ਦੀ ਬੱਚਿਆਂ ਦੀ ਸਿਰ ਤੋਂ ਨੇੜੇ ਆਪਣੇ ਹੱਥ ਰੱਖਣ ਚਾਲੂ ਦੇ ਪੱਤਿਆਂ ਝੋਲਿਆਂ ਹਰਾਵਾਂ ਤੋਂ ਬਚਾ ਕੇ ਰੱਖਣ ਅੰਗ ਸੰਗ ਸਹਾਈ ਰਹਿਣ ਧਰਤੀ ਵਾਉਣ ਲੱਗੇ ਪੈਰ ਬਣ ਸਰਨਾਈ ਚਿਰ ਗੁਰਗ ਹਵਾਰੇ ਰਹਿਣ ਪੈਰ ਦੁੱਖ ਲੱਗੇ ਨਾ ਭਾਈ ਸਰਦੀ ਪੂਰਾ ਭੇਜਿਆ ਜਿਨ ਮੰਤ ਬਣਾਏ ਰਾਉ ਨਾਮ ਤੁਰਦੀ ਆਏ ਕਾਲੂ ਲਾਏ ਰਹਾਉ ਰਾਤ ਲਿਆ ਤੂੰ ਰਤਨ ਹਾਰ ਸਭ ਯਾਰ ਬਟਾਈ ਕੌਣ ਨਾਨਕ ਕਿਰਪਾ ਕਰੀ ਤ੍ਰੈਪਰ ਸਹਾਈ ਤੇ ਸਾਰਾ ਕਾਰਜ ਸਤਿਗੁਰਾਂ ਨੇ ਆਪ ਨਿਰਵਿਘਨ ਪੂਰਾ ਕਰਨਾ ਹੈ ਉਹਨਾਂ ਦੀ ਤੇਗ ਹੈ ਉਹਨਾਂ ਦੀ ਰੋਕ ਹੈ ਜਿੱਥੇ ਉਹਨੇ ਦਿਨ ਮੇਰਾ ਕੀਤੀ ਹੈ ਲਾਕੀ ਵੀ ਮੇਰਾ ਕਰਨ ਆਪਣੇ ਦਰਾਜੇ ਰੱਖਣ ਆਪਣੀ ਬਖਸ਼ਿਸ਼ ਜੜ ਤੱਕ ਸਿਮਰ ਇਹ ਸਾਰਾ ਕੁਝ ਉਹਦੇ ਚਰਨਾਂ ਨਾਲ ਜੁੜਨ ਵਾਸਤੇ ਹੈ ਉਹਦੇ ਦਰਸ਼ਨਾਂ ਵਾਸਤੇ ਹੈ ਜੜ ਤੱਕ ਵਰਤ ਕੇ ਗਏ ਸੰਤੋਖ ਚਰਨਾਂ ਰਹਿ ਸਾਰੀ ਸ੍ਰਿਸ਼ਟੀ ਪ੍ਰਤੀ ਦਾ ਰਾਜ ਕੋਲ ਹੈ ਸਾਰੀ ਦੁੱਖ ਪਾਲਣਾ ਕਰ ਜਾਏ ਸਭ ਥਾਵਾਂ ਤੇ ਸੁਭਾਅ ਜਾਏ ਸਭ ਸੇ ਨੂੰ ਪ੍ਰਕਾਸ਼ ਸੁਭਾਲੇ ਸਾਹੇ ਸਾਰੇ ਦੇਖਣਾ ਕੋਈ ਨਾ ਜਾਏ ਜੇ ਆਲੋ ਤੋਂ ਆਏ ਸਾਰਿਆਂ ਦੀ ਸੁਧਾਰਨਾ ਕਰੇ ਸਾਹ ਸਮਝੀ ਸੁਨੈਣ ਤਾਂ ਹੋ ਗਿਆ ਹੋਵੇ ਅਮਰਤ ਵੇਲਾ ਵੀ ਹੋ ਗਿਆ ਇੰਦਰ ਦੇ ਉੱਤੇ ਨੇ ਸਾਰੇ ਪਰਿਵਾਰ ਦਾ ਹੀ ਸੁਨੈਣ ਕਰਾਇਆ ਆਪਾਂ ਆਪਣੇ ਵਿੱਚ ਹੋ ਗਿਆ ਆਪਣੇ ਵੀ ਸੁਨੈਣ ਵਿੱਚ ਹੋ ਗਿਆ ਜਦੋਂ ਪਰਿਵਾਰ ਉਪਰੋਂ ਪਹਿਲਾਂ ਵੀ ਆਪਣਾ ਵੀ ਸੁਨੈਣ ਹੋ ਗਿਆ ਵਿੱਚੋਂ ਹੀ ਆਟਾ ਆਵੇਗਾ ਹੁਣ ਸਾਰੀ ਸੁਨੈਣ ਸੁਮਰ ਪ੍ਰਾਪਣਾ ਨਿਰੰਤਰ ਪ੍ਰਯੋਗ ਹੋਊਗਾ ਕੋਈ ਵੀ ਬੰਦਾ ਇੱਥੇ ਪ੍ਰਗਟ ਸਕਦਾ ਪ੍ਰਗਟੇ ਭਲੇ ਸੰਜੋਗਾਂ ਇਹ ਦੋਨਾਂ ਜੀਵਨ ਲੈ ਜਾਂਦੇ ਨੇ ਤੇ ਮਾਰਕਰੀਆਂ ਮੇਰਾ ਵਸਤਰੀਆਂ ਨੇ ਵਸਰੀਆਂ ਨੇ ਜਿਹੜੇ ਆ ਨੀ ਵਸਰਿਆ ਕਾਸ਼ਾ ਚੋ ਦਾਦਾ ਤੇਰੀ ਰਹਿਮ ਤਾਂ ਇਹ ਵੀ ਵਸਦੇ ਇਹਦੇ ਮੂਲ ਵਸਣ ਯੋਗਿਆਂ ਵਿੱਚ ਨਦੀਆਂ ਡਲ ਕੇ ਚੱਲ ਪਏ ਇਸ ਮੂਲੇ ਕਾਲ ਦਾ ਸੁਨਲ ਹਿਰਦੇ ਉੱਤੇ ਰਹੇ ਦੁਨੀਆਂ ਦੁਨੀਆਂ ਚੱਲ ਪਏ ਮਨ ਦੇ ਮਨ ਚ ਰੰਗਿਆ ਜਾਵੇ ਤੇ ਸੰਗਤਾਂ ਨੇ ਇਸੇ ਤਰ੍ਹਾਂ ਹੀ ਜੁੜੇ ਰਹਿਣਾ ਹੈ ਨਾਲਕ ਦੇ ਚਰਨਾਂ ਨਾਲ ਜੋੜਨਾ ਪਤਾ ਨਹੀਂ ਕਿਹੜੇ ਸਾਡੇ ਉਹ ਦੇਖ ਦੇਖ ਰਿਹਾ ਹੈ ਕਿਹੜੇ ਨਾਲੇ ਬਿਤਾ ਰਿਹਾ ਹੈ ਕਿੱਥੇ ਸਹਾਈ ਹੁੰਦਾ ਹੈ ਪਲ ਪਲ ਨਿਮਖ ਨਿਮਖ ਉਸ ਸਹਿਬ ਦੀ ਹੋਵੇ ਜਿਹੜਾ ਸਾਰਿਆਂ ਦਾ ਮਾਲਕ ਸਾਰਿਆਂ ਦਾ ਸਹਾਈ ਹੈ ਮੈਂ ਨਹੀਂ ਕਰਨਾ ਕੀਤੇ ਗਾ ਉਹਦਾ ਉਹਦਾ ਆਸਰਾ ਚੱਕਦੇ ਕਿੰਨਾ ਉਹਦਾ ਦਿੱਤਾ ਖਾ ਪੀ ਰਹੇ ਨੰਦ ਮਾਣ ਰਹੇ ਹੈ ਅਸੀਂ ਉਹਦਾ ਕਿਹੜਾ ਕੋਈ ਕਰਜ਼ਾ ਨਹੀਂ ਲੈ ਸਕਦੇ ਇਸ ਕਰਕੇ ਉਸ ਮਾਲਕ ਦੀ ਕਰਜ਼ਾਈ ਹੈ ਕਿ ਮੈਂ ਜਗ ਜਗ ਕੇ ਉਸ ਸ਼ਹਿਰ ਦਾ ਉਹ ਆਸਰਾ ਲੈ ਕੇ ਜੇ ਕੋਈ ਕਰਜ਼ਾ ਥੋੜ੍ਹਾ ਬਹੁਤਾ ਪਾਰ ਸਕੀਏ ਤੇ ਕਹਿੰਦੀ ਰਾਤ ਵੀ ਇਸੇ ਤਰ੍ਹਾਂ ਹੀ ਸ਼ਬਦ ਨੇ ਉਸ ਤੋਂ ਵੱਧ ਕੇ ਨਿਕਲੀਆਂ ਨੇ ਅੰਮ੍ਰਿਤ ਦੀਆਂ ਵਰਸਾ ਹੋਣੀਆਂ ਨੇ ਤੇ ਹੋਰ ਸੰਗਤਾਂ ਨੇ ਮਿਲ ਕੇ ਸਿਮਰ ਦੇ ਨਾਲ ਜੁੜ ਜਾਣਾ ਨਾਮ ਦੇ ਨਾਲ ਜੁੜ ਜਾਣਾ ਹੈ ਸਾਡੇ ਨਾਲ ਸਾਰੇ ਦਾਰੇ ਧਰੇ ਧਰਮ ਦੁੱਖ ਦਲਿੱਦਰ ਦੂਰ ਕਰੇ ਸਾਡੇ ਆਪਣੇ ਚਰਨਾਂ ਨਾਲ ਜੁੜੇ ਆਪਦਾ ਬਣਾ ਲਵੇ ਆਓ ਸਾਰੇ ਚਰਨਾਂ ਨਾਲ ਜੁੜੀਏ ਤੇ ਜਿਵੇਂ ਜਿਵੇਂ ਹੋਰ ਜ਼ਿਆਦਾ ਪ੍ਰੋਗਰਾਮ ਇਸ ਸਾਰੇ ਕਰ ਲਿਓ ਕਈਆਂ ਨੇ ਇੱਧਰੋਂ ਤੋਂ ਦੂਰ ਵੀ ਜਾਣਾ ਕਈਆਂ ਦੇ ਹੋਰ ਵੀ ਕਾਰੋਬਾਰ ਨੇ ਸਾਰਾ ਆਪਣੇ ਘਰ ਨਾਲ ਕਰ ਲੈਣਾ ਪਰਮੇਸ਼ਰ ਨੂੰ ਹਿਰਦੇ ਚ ਰੱਖੋ
ਗੁਰੂ ਦੀ ਬਹੁਤ ਖੁਸ਼ੀ ਮੰਗੀ। ਜਿਹੜਾ ਅੰਮ੍ਰਿਤ ਛਕਦਾ ਹੈ ਉਹਨੂੰ ਨਾਲ ਹੀ ਗੁਰੂ ਬੰਨ ਦਿੰਦੇ। ਪਿਛੋੜ ਦੇ ਇੱਕ ਸਿੱਖ ਪਰਿਵਾਰ ਆਇਆ ਤੇ ਉਹਨਾਂ ਨੂੰ ਕਲਗੀਧਰ ਪਾਤਸ਼ਾਹ ਨੇ ਕਿਹਾ ਅੰਮ੍ਰਿਤ ਛਕ। ਉਹ ਸਵਾਲ ਕਰਤਾ ਬੱਚਿਆਂ ਨੇ ਸ਼ਾਦੀ ਕਰਾ ਕੇ ਆਏ ਸੀ ਵੀ ਅੰਮ੍ਰਿਤ ਛਕ ਕੇ ਮਿਲੇਗਾ ਕੀ? ਸਤਿਗੁਰੂ ਕਹਿਣ ਲੱਗੇ ਬੱਚਾ ਗੁਰੂ ਵਾਂਗ ਸੰਗ ਰਹੇਗਾ। ਉਹਨਾਂ ਦੋਨਾਂ ਨੇ ਅੰਮ੍ਰਿਤ ਛਕ ਲਿਆ, ਸਾਧ ਸੰਗਤ ਜੀ ਉਹਨਾਂ ਦੇ ਅੰਦਰ ਪੱਕਾ ਵਿਸ਼ਵਾਸ ਹੋ ਗਿਆ ਗੁਰੂ ਵਾਂਗ ਸੰਗ। ਇੰਨਾ ਵਿਸ਼ਵਾਸ ਹੋ ਗਿਆ ਹਰ ਵੇਲੇ ਹੀ ਪੰਡ ਗੁਰ ਮੇਰੇ ਸੰਗ ਸਦਾ ਹੈ ਨਾਲੇ ਗੁਰ ਮੇਰੇ ਸੰਗ ਅਵਸਥਾ ਬਣ ਜਾਂਦੀ। ਉਹ ਬੀਬੀ ਰੋਟੀਆਂ ਪਕਾਵੇ, ਕੰਮ ਕਰੇ, ਕੁਝ ਵੀ ਜਾਵੇ, ਗੁਰ ਮੇਰੇ ਸੰਗ ਸਦਾ ਹੈ ਨਾਲੇ ਅਮਰ ਛਕਿਆ ਗੁਰੂ ਅੰਗ ਸੰਗ ਸਹਾਈ ਹੋ ਗਿਆ। ਫਿਰ ਉਹ ਸਿੱਖ ਪਰਿਵਾਰ ਕਿਤੇ ਪਿਛੋੜ ਚ ਗੁਰੂ ਦੇ ਦਰਸ਼ਨਾਂ ਲਈ ਆਇਆ, ਰਾਹ ਚ ਪਠਾਣ ਬੇਈਮਾਨ ਹੋ ਗਿਆ, ਸਿੱਖ ਨੂੰ ਮਾਰਦਾ ਬੀਬੀ ਤੇ ਬੇਈਮਾਨ ਹੋ ਗਿਆ, ਬੱਚੇ ਨੂੰ ਮਾਰਨ ਲੱਗਾ। ਗੁਰੂ ਗੋਬਿੰਦ ਸਿੰਘ ਨੇ ਜਾ ਕੇ ਪਠਾਣ ਨੂੰ ਮਾਰ ਦਿੱਤਾ, ਸਿੱਖ ਨੂੰ ਮਰੇ ਨੂੰ ਜਿੰਦਾ ਕਰ ਦਿੱਤਾ। ਇਹ ਸਾਬਤ ਹੋ ਗਿਆ ਗੁਰ ਮੇਰੇ ਸੰਗ ਸਦਾ ਹੈ ਨਾਲੇ। ਬੇਅੰਤੇ ਹੋਏ ਬਚਨ ਨੇ, ਹੁਣ ਬੇਨਤੀ ਕਰਾਂਗੇ ਕਿ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਨਾ, ਉਹ ਸੰਗਤ ਦੇ ਵਿੱਚ ਖੜੇ ਹੋ ਜਾਓ, ਉਹਨਾਂ ਦਾ ਜਕਾਰਾ ਲਾ ਲਈਏ ਅੰਮ੍ਰਿਤ ਛਕਣ ਵਾਲਿਆਂ ਦਾ। ਅੰਮ੍ਰਿਤ ਛਕਣ ਵਾਲੇ ਗੁਰਮੁਖ ਪਿਆਰੇ ਮਾਈ ਭਾਈ ਗੁਰੂ ਸਦਾ ਸੰਗ ਰਹੇਗਾ ਛਾਵਾ ਜੀ। ਵਾਹ ਜੀ ਵਾਹ, ਹਾਂਜੀ ਗੁਰੂ ਅੰਗ ਸੰਗ ਸਹਾਈ ਰਹੇਗਾ। ਗੁਰੂ ਅੰਗ ਸੰਗ ਹਰ ਥਾਂ ਦੇ ਹਰ ਵੇਲੇ ਇਹ ਨਾ ਘਬਰਾਇਓ ਕੀ ਹੋਏਗਾ ਕੱਲ ਨੂੰ ਅੰਮ੍ਰਿਤ ਛਕ ਕੇ ਨੇ ਗੁਰੂ ਅੰਗ ਸੰਗੇ ਫਿਰ ਕੱਲ ਨੂੰ ਇਹੀ ਹੋਏਗਾ ਗੁਰੂ ਅੰਗ ਸੰਗੇ। ਪੀ ਲਓ ਖੰਡੇ ਦਾ ਅੰਮ੍ਰਿਤ ਪੀ ਲਓ, ਹਾਂਜੀ ਖੜੇ ਰਹਿਣਾ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਖੜੇ ਰਹਿਣਾ ਚੰਗੀ ਤਰ੍ਹਾਂ ਇਹਨਾਂ ਦੇ ਨਾਲ ਮੂਵੀ ਵੀ ਬਣਾ ਲਓ, ਉਤਸ਼ਾਹ ਹੁੰਦਾ ਸੰਗਤਾਂ ਨੂੰ। ਸਤਿਗੁਰੂ ਵਾਲਾ ਆਪਾਂ ਦੇ
ਬੇਨਤੀ ਕਰਕੇ ਖਰਾਬ ਦਿੱਤਾ ਫਿਰ ਹਰਪ੍ਰੀਤ ਸਿੰਘ ਪੁੱਤਰ ਦਲਜੀਤ ਸਿੰਘ
ਸਾਹਿਬ ਸੰਗਤ ਜੀ ਅਮਰ ਛੋੜਨ ਦਾ ਉਪਰਾਲਾ ਕਰ ਰਹੇ ਹੈ, ਫੇਰ ਨਿਕਾਲਾ ਦੇ ਉਹਨਾਂ ਨੇ। ਦੇਖੋ ਜਿਨ੍ਹਾਂ ਦੇ ਗੁਰੂ ਦੀ ਮਿਹਰ ਨੇ ਉਹ ਜਾਗਦੇ ਬੈਠੇ ਆ ਜੀ।
ਤੋਂ ਵੀ ਸਤਵਿੰਦਰ ਕੌਰ ਤੇ ਜੈਪੁਰ ਤੋਂ ਵੀ ਸਤਵਿੰਦਰ ਕੌਰ ਉਹ ਵੀ ਗੁਰੂ ਦੇ ਨੇੜੇ ਬੈਠਣ ਦਾ ਪ੍ਰਣ ਕਰ ਰਹੇ ਨੇ ਯੋਗਕਾਰ ਦੇ Thank you.
ਬਾਹਰ ਤੋਂ ਮਨਪ੍ਰੀਤ ਕੌਰ, ਅਨੰਦਪੁਰ ਸਾਹਿਬ ਤੋਂ ਦਿਲਬਾਗ ਸਿੰਘ, ਨਾਲੇ ਲੱਖ 11,780 ਜਾਦੂਈ ਹਾਰੇ ਹੈ, ਅਮਰ ਛਕਣ ਦਾ ਵੀ ਪ੍ਰਣ ਕਰ ਰਹੇ ਹੈ। ਰਾਜਪੁਰੇ ਤੋਂ ਕਰਮਜੀਤ ਸਿੰਘ, ਇਹ ਵੀ ਅਮਰ ਦੇਵਤ ਕਰਨ ਦੇ ਰੂਪ